ਸਤਿ ਸ਼੍ਰੀ ਅਕਾਲ ਚਰਨ ਕਮਲ ਸਿੰਘ ਓਲਡ ਆਯੁਰਵੇਦਾ ਧੂਰੀ ਪੰਜਾਬ ਤੋਂ ਸੰਤ ਗੋਬਿੰਦ ਦਾਸ ਆਯੁਰਵੇਦਿਕ ਸੇਵਾ ਸੰਸਥਾ ਵੱਲੋਂ ਨੁਸਖੇ ਸ਼ੇਅਰ ਕਰਦੇ ਹੁੰਦੇ ਹਾਂ ਸਾਡੇ ਜਮੈਸੀ ਆਯੁਰਵੇਦ ਦੇ ਪ੍ਰਾਚੀਨ ਆਯੁਰਵੇਦ ਦੇ ਨੁਸਖੇ ਜਿਹੜੇ ਸਾਡੇ ਅਨੁਭਵੀ ਹੁੰਦੇ ਨੇ ਜਿੱਦਾਂ ਮੇਰੇ ਪਿਤਾ ਜੀ ਦੇ ਸਾਡੇ ਖਾਨਦਾਨੀ ਜਿੱਦਾਂ ਪਰੰਪਰਾਗਤ ਸਾਡੀ ਸੇਵਾ ਚੱਲ ਰਹੀ ਹੈ ਆਯੁਰਵੇਦ ਦੀ ਮੇਰੇ ਪਿਤਾ ਜੀ ਦੇ ਉਹਨਾਂ ਦੇ ਗੁਰੂਆਂ ਦੇ ਅੱਗੇ ਜੇਕੇ ਅਜਮਾਏ ਹੁੰਦੇ ਨੇ ਅਤੇ ਬਾਕੀ ਉਹੀ ਤਜਰਬਾ ਜਿਹੜਾ ਖਾਨਦਾਨੀ ਤਜਰਬਾ ਬਾਕੀ ਪੜ੍ਹਨ ਦੇ ਨਾਲ ਨਾਲ ਜਿੱਦਾਂ ਆਪਾਂ ਬੁੱਕਸ ਪੜ੍ਹਦੇ ਹਾਂ ਬੁੱਕਸ ਪੜ੍ਹਨ ਦੇ ਨਾਲ ਨਾਲ ਪ੍ਰੈਕਟੀਕਲ ਤਜਰਬਾ ਹੋਣਾ ਵੀ ਜ਼ਰੂਰੀ ਹੁੰਦਾ ਕਿਉਂਕਿ ਮੈਨੂੰ ਪ੍ਰੈਕਟੀਕਲ ਕਰਨ ਦਾ ਜਿਹੜਾ ਮੌਕਾ ਮਿਲਿਆ ਮੇਰੇ ਪਿਤਾ ਜੀ ਨਾਲ ਸੋ ਕਿਉਂਕਿ ਉਹ ਉੱਗੇ ਵੈਦ ਚੋਟੀ ਦੇ ਵੈਦ ਸੀ ਜਿੱਦਾਂ ਆਯੁਰਵੇਦਾਚਾਰੀਆ ਸੀ ਕਾਫੀ ਆਯੁਰਵੇਦ ਦੇ ਵਿਦਵਾਨ ਸੀ ਅਤੇ ਉਹਨਾਂ ਦੇ ਜਿਹੜੇ ਗੁਰੂ ਸੀ ਉਹ ਚਤੁਰਵੇਦੀ ਸੀ ਅਤੇ ਇੱਦਾਂ ਹੱਥ ਜਿਹੜਾ ਕਿਰਿਆ ਇਹ ਮੈਨੇ ਆਪਣੇ ਪਿਤਾ ਜੀ ਨਾਲ ਜਿੱਦਾਂ ਸਿੱਖੀ ਹੈ ਹੁਣ ਚਲੋ ਤੁਸੀਂ ਮੇਰੀ ਵੀਡੀਓ ਦੇਖਦੇ ਰਹਿੰਦੇ ਯੂਟਿਊਬ ਦੇ ਉੱਪਰ ਓਲਡ ਆਯੁਰਵੇਦਾ ਚੈਨਲ ਆ ਜਾਂ ਮੇਰਾ ਹੋਰ ਚੈਨਲ ਆ ਇੱਕ ਵੈਦ ਚਰਨ ਕਮਲ ਆਯੁਰਵੇਦ ਦਾ ਉੱਥੇ ਤੁਸੀਂ ਵੀਡੀਓ ਦੇਖਦੇ ਹੋ ਜਾਂ ਤੁਸੀਂ ਕਿਸੇ ਵੀ ਪਲੇਟਫਾਰਮ 'ਤੇ ਦੇਖ ਰਹੇ ਹੋ ਬਾਕੀ ਅਗਰ ਵੀਡੀਓ ਠੀਕ ਲੱਗੇ ਸ਼ੇਅਰ ਕਰ ਦਿਓ ਚੈਨਲ ਯੂਟਿਊਬ 'ਤੇ ਦੇਖ ਰਹੇ ਹੋ ਯੂਟਿਊਬ ਦਾ ਚੈਨਲ ਸਬਸਕ੍ਰਾਈਬ ਕਰ ਸਕਦੇ ਹੋ ਅਤੇ ਹੋਰ ਵੀਡੀਓ ਪਾਉਂਦਾ ਰਹਿਣਾ ਮੈਂ ਆਪਣੇ ਯੂਟਿਊਬ ਚੈਨਲ 'ਤੇ ਅਲੱਗ ਅਲੱਗ ਬਿਮਾਰੀਆਂ ਬਾਰੇ ਨੁਸਖੇ ਉਹੀ ਦੱਸਦਾ ਉਹਨਾਂ ਜਿਹੜੇ ਤਜਰਬੇ ਵਾਲੇ ਹੁੰਦੇ ਨੇ ਅਤੇ ਤੁਸੀਂ ਆਸਾਨੀ ਨਾਲ ਘਰੇ ਕਰ ਸਕਦੇ ਹੋ ਘਰੇਲੂ ਨੁਸਖੇ ਜਿਹੜੇ ਹੁੰਦੇ ਨੇ ਕੋਈ ਨੁਕਸਾਨ ਨਾ ਹੋਵੇ ਕੋਈ ਸੁਣੇ ਸੁਣਾਏ ਮੈਂ ਇੱਦਾਂ ਪੜ੍ਹੇ ਪੜ੍ਹਾਏ ਨਹੀਂ ਸ਼ੇਅਰ ਕਰਦਾ ਹੁਣ ਗੱਲ ਤੁਸੀਂ ਅੱਜ ਕੱਲ੍ਹ ਸੁਣ ਰਹੇ ਹੋ ਇੱਕ ਨਵੀਂ ਬਿਮਾਰੀ ਜਿੱਦਾਂ ਤੁਸੀਂ ਕਹਿ ਰਹੇ ਹੋ ਵੀ ਨਹੀਂ ਪਤਾ ਹੁੰਦਾ ਕਿਸੇ ਨੂੰ ਆਪਾਂ ਕਹਿੰਦੇ ਨਵੀਂ ਬਿਮਾਰੀ ਆਪਾਂ ਜਿਵੇਂ ਬਲੈਕ ਫੰਗਸ ਬਾਰੇ ਸੁਣ ਰਹੇ ਤੁਸੀਂ ਬਲੈਕ ਫੰਗਸ ਆ ਤੁਹਾਨੂੰ ਡਾਕਟਰ ਸੂਝਵਾਨ ਦੱਸਦੇ ਨੇ ਬਲੈਕ ਫੰਗਸ ਕੀ ਆ ਤੁਹਾਨੂੰ ਸਾਰਾ ਪਤਾ ਹੀ ਲੱਗ ਗਿਆ ਹੋਣਾ ਵੀ ਬਲੈਕ ਫੰਗਸ ਆ ਜੀ ਅੱਗੇ ਜਿੱਥੇ ਇੱਥੇ ਅੱਖ ਦੇ ਨੇੜੇ ਜਾਂ ਨੱਕ ਦੇ ਵਿੱਚ ਜਾਂ ਕਿਤੇ ਵੀ ਗਲ ਦੇ ਵਿੱਚ ਪ੍ਰੋਬਲਮ ਆਉਂਦੀ ਆ ਉੱਥੇ ਸੋਜ ਪੈਦਾ ਹੋ ਜਾਂਦੀ ਹੈ ਬਲੈਕ ਫੰਗਸ ਕਰਕੇ ਔਰ ਤੁਸੀਂ ਡੇਲੀ ਸੁਣਦੇ ਹੋ ਜਿਵੇਂ ਡਾਕਟਰ ਉਹਨੂੰ ਕਹਿੰਦੇ ਨੇ ਮਿਊਕੋਰਮਾਈਕੋਸਿਸ ਉਹਦਾ ਨਾਮ ਲੈਂਦੇ ਨੇ ਇੰਗਲਿਸ਼ 'ਚ ਮਿਊਕੋਰਮਾਈਕੋਸਿਸ ਬਲੈਕ ਫੰਗਸ ਕਹਿੰਦੇ ਨੇ ਦੇਖੋ ਅਗਰ ਸਿੱਧੇ ਜੀ ਭਾਸ਼ਾ ਦੇ ਵਿੱਚ ਗੱਲ ਕਰੀਏ ਜਿਵੇਂ ਮੇਰੇ ਪਿਤਾ ਜੀ ਦਾ ਤਜਰਬਾ ਰਿਹਾ ਅਤੇ ਸਿੱਧੀ ਭਾਸ਼ਾ ਦੇ ਵਿੱਚ ਅਗਰ ਪੰਜਾਬੀ 'ਚ ਗੱਲ ਕਰੀਏ ਕਿ ਜਿੱਥੇ ਗੰਦਗੀ ਆ ਅੱਗ ਉੱਥੇ ਲੱਗੂਗੀ ਜਿੱਥੇ ਕੂੜਾ ਕਰਕਟ ਇਕੱਠਾ ਕਰਿਆ ਆਪਾਂ ਨੇ ਅੱਗ ਉੱਥੇ ਲੱਗੂਗੀ ਮੇਰੇ ਪਿਤਾ ਜੀ ਨੇ ਬੁੱਕ ਵੀ ਲਿਖੀ ਤਾਂ 10-11 ਸਾਲ ਪਹਿਲਾਂ ਆਯੁਰਵੇਦ ਗਿਆਨ ਭੰਡਾਰ ਉੱਥੇ ਵੀ ਉਹਨਾਂ ਨੇ ਇਹੋ ਜਿਹੀਆਂ ਗੱਲਾਂ ਸ਼ੇਅਰ ਕਰੀਆਂ ਨੇ ਆਪਦੇ ਜ਼ਿੰਦਗੀ ਦੇ ਤਜਰਬੇ ਦੀਆਂ ਇਹੋ ਜਿਹੀਆਂ ਗੱਲਾਂ ਬਾਰੇ ਜਿਵੇਂ ਆਹ ਫੰਗਸ ਲੱਗ ਗਈ ਕਿਉਂ ਲੱਗੀ ਇਹੋ ਜਿਹੀਆਂ ਚੀਜ਼ਾਂ ਕਿਉਂ ਆਉਂਦੀਆਂ ਨੇ ਅੱਗੇ ਉਹਦਾ ਕਾਰਨ ਪਿੱਛੇ ਕੀ ਹੁੰਦਾ ਵੀ ਤਾਂ ਆਉਂਦੀਆਂ ਨੇ ਉਹ ਸਾਰਾ ਕੁਝ ਲਿਖਿਆ ਉਹਨਾਂ ਨੇ ਬਾਕੀ ਉਹੀ ਗੱਲ ਕਰਨਾ ਤਜਰਬੇ ਦੇ ਪਿੱਛੇ ਆ ਜਾਂਦੀ ਹੈ ਅਤੇ ਅਗਰ ਉਹਨਾਂ ਨੇ ਆਪਣੀ ਥਿਊਰੀ ਨਾਲ ਸਮਝਿਆ ਉਹਨੂੰ ਹੁਣ ਮੈਂ ਤੁਹਾਨੂੰ ਉਸ ਤਰ੍ਹਾਂ ਦੱਸ ਰਿਹਾ ਕਿਉਂਕਿ ਮੇਰੇ ਹਿਸਾਬ 'ਚ ਵੀ ਇਹੀ ਗੱਲ ਆਉਂਦੀ ਹੈ ਅਤੇ ਇਹਦੇ ਵਿੱਚ ਕੀ ਆ ਦੇਖੋ ਜਦੋਂ ਵੀ ਆਪਣੀ ਬੋਡੀ ਦੇ ਵਿੱਚ ਆਪਣੇ ਫੇਫੜਿਆਂ ਦੇ ਵਿੱਚ ਇਨਫੈਕਸ਼ਨ ਹੋਈ ਕਫ ਹੋਈ ਜਾਂ ਬਲਗਮ ਰੇਸ਼ਾ ਹੋਇਆ ਆਪਣੇ ਅੰਦਰ ਸਰੀਰ ਦੇ ਵਿੱਚ ਫੇਫੜਿਆਂ ਦੇ ਵਿੱਚ ਆਪਣੇ ਰੇਸ਼ਾ ਹੋਇਆ ਖਾਂਸੀ ਹੋਈ ਜਾਂ ਕੋਈ ਇਨਫੈਕਸ਼ਨ ਹੋਈ ਇਨਫੈਕਸ਼ਨ ਤੋਂ ਬਾਅਦ ਕੋਈ ਬੁਖਾਰ ਹੋ ਜਾਂਦਾ ਬੁਖਾਰ ਜਿਹੜਾ ਹੈਗਾ ਆਪਣੇ ਆਪ 'ਚ ਕੋਈ ਬਿਮਾਰੀ ਨਹੀਂ ਕਹਿ ਸਕਦਾ ਮੈਂ ਸਮਝਦਾ ਬੁਖਾਰ ਅਲਾਰਮ ਆ ਤੁਹਾਡੇ ਸਰੀਰ ਦੇ ਵਿੱਚ ਕੋਈ ਸਮੱਸਿਆ ਹੁੰਦੀ ਆ ਕੋਈ ਇਨਫਲਮੇਸ਼ਨ ਹੁੰਦੀ ਆ ਕੋਈ ਹੁੰਦੀ ਆ ਕੋਈ ਵੀ ਸੰਕਰਮਣ ਹੁੰਦਾ ਤੁਹਾਡੇ ਸਰੀਰ ਦੇ ਵਿੱਚ ਕੋਈ ਬਿਮਾਰੀ ਹੁੰਦੀ ਆ ਤਾਂ ਇਨਫੈਕਸ਼ਨ ਹੁੰਦੀ ਆ ਤਾਂ ਤੁਹਾਨੂੰ ਬੁਖਾਰ ਜ਼ਿਆਦਾਤਰ ਹੁੰਦਾ ਬੁਖਾਰ ਅਲਾਰਮ ਆ ਅਗਰ ਸਰੀਰ ਦੇ ਵਿੱਚ ਇਨਫੈਕਸ਼ਨ ਵੱਧ ਜੇ ਇਨਫੈਕਸ਼ਨ ਹੋ ਜੇ ਤਾਂ ਬੁਖਾਰ ਅਲਾਰਮ ਆ ਅਲਰਟ ਕਰਦਾ ਤੁਹਾਨੂੰ ਵੀ ਤੁਹਾਡੇ ਸਰੀਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਆ ਫਿਰ ਡਾਕਟਰ ਦੇਖਦੇ ਨੇ ਬੁਖਾਰ ਕਿਉਂ ਹੋਇਆ ਇਹਦੇ ਪਿੱਛੇ ਕਾਰਨ ਕੀ ਆ ਬੁਖਾਰ ਕਿਉਂ ਚੜ੍ਹਿਆ ਬੁਖਾਰ ਚੜ੍ਹਨ ਦੇ ਪਿੱਛੇ ਵੀ ਕਾਰਨ ਕੋਈ ਨਾ ਕੋਈ ਹੁੰਦਾ ਤਾਂ ਬੁਖਾਰ ਚੜ੍ਹਦਾ ਬੁਖਾਰ ਆਪਦੇ ਵਿੱਚ ਆਪਾਂ ਕਹਿ ਸਕਦੇ ਵੀ ਆਪਦੇ ਆਪ 'ਚ ਕੋਈ ਬਿਮਾਰੀ ਨਾ ਮੰਨੀ ਹੈ ਬੁਖਾਰ ਅਲਾਰਮ ਆ ਆਪਾਂ ਨੂੰ ਜਾਣਾ ਚਾਹੀਦਾ ਡਾਕਟਰ ਨੂੰ ਪੁੱਛਣਾ ਚਾਹੀਦਾ ਵੀ ਕਿਉਂ ਬੁਖਾਰ ਹੋਇਆ ਜਾਂ ਚਲੋ ਤੁਸੀਂ ਡਾਕਟਰ ਦੀ ਸਲਾਹ ਲੈਂਦੇ ਹੋ ਜਾਂ ਫੋਨ 'ਤੇ ਸਲਾਹ ਲੈਂਦੇ ਹੋ ਜਾਂ ਡਾਕਟਰ ਦੀ ਸਲਾਹ ਲੈਂਦੇ ਹੋ ਕੁਛ ਵੀ ਕਰਦੇ ਹੋ ਵੀ ਉਹਦੇ ਵਿੱਚ ਕਾਰਨ ਹੁੰਦਾ ਅਲਾਰਮ ਆ ਬੁਖਾਰ ਉਹਨੂੰ ਅਣਗੌਲਾ ਨਾ ਕਰਿਆ ਕਰੋ ਅਗਰ ਬੁਖਾਰ ਹੁੰਦਾ ਤਾਂ ਉਹਦਾ ਜਾਣਿਆ ਕਰੋ ਵੀ ਬੁਖਾਰ ਕਿਉਂ ਹੋਇਆ ਡਾਕਟਰ ਤੋਂ ਆਪਣਾ ਜਿਹੜਾ ਉਹਦਾ ਨਿਦਾਨ ਕਰਾਉਣਾ ਚਾਹੀਦਾ ਡਾਇਗਨੋਜ ਕਰਾਉਣਾ ਚਾਹੀਦਾ ਸੋ ਅੱਜ ਕੱਲ੍ਹ ਤੁਸੀਂ ਅੱਜ ਕੱਲ੍ਹ ਕਰੋਨਾ ਕਾਲ ਚੱਲਦਾ ਤੁਸੀਂ ਅੱਜ ਕੱਲ੍ਹ ਸੂਝਵਾਨ ਹੋ ਸਾਰੇ ਚਲੋ ਮਾਸਕ ਲਾ ਕੇ ਬਾਹਰ ਜਾਂਦੇ ਹੋ ਹੱਥ ਧੋਣੇ ਚੰਗੀ ਤਰ੍ਹਾਂ ਇੱਕ ਚੀਜ਼ਾਂ ਦਾ ਖਿਆਲ ਰੱਖੋ ਆਪਣੇ ਬੱਚਿਆਂ ਦਾ ਪਰਿਵਾਰ ਦਾ ਖਿਆਲ ਰੱਖੋ ਔਰ ਹੁਣ ਆਪਾਂ ਗੱਲ ਕਰ ਰਹੇ ਸੀ ਮਾਈਕਰੋਸਿਸ ਆ ਜਿਹੜਾ ਹੈਗਾ ਮਾਈਕੋਰਮਾਈਕੋਸਿਸ ਬਲੈਕ ਫੰਗਸ ਬਾਰੇ ਡਾਕਟਰ ਦੱਸਦੇ ਨੇ ਵੀ ਅੱਗੇ ਜਿਨ੍ਹਾਂ ਨੇ ਸਟੀਰਾਇਡ ਖਾਧਾ ਸੀ ਕਰੋਨਾ ਇਲਾਜ ਦੇ ਦੌਰਾਨ ਜਿਨ੍ਹਾਂ ਦਾ ਕਰੋਨਾ ਸੀ ਪੋਜ਼ੀਟਿਵ ਵੀ ਉਹਨਾਂ ਨੇ ਸਟੀਰਾਇਡ ਖਾਧਾ ਕਿ ਸਟੀਰਾਇਡ ਦਿੱਤਾ ਚਲੋ ਡਾਕਟਰਾਂ ਨੇ ਦੇਣਾ ਹੀ ਸੀ ਹੁਣ ਜਿਹੜੇ ਡਾਕਟਰ ਜੇ ਕਿਸੇ ਦੀ ਜਾਨ ਬਚਾਉਣ ਵਾਸਤੇ ਕੁਛ ਵੀ ਦੇਣਾ ਤਾਂ ਜਾਨ ਬਚਾਉਣੀ ਆ ਮਰੀਜ਼ ਦੀ ਸਭ ਤੋਂ ਪਹਿਲਾਂ ਚਲੋ ਡਾਕਟਰ ਨੇ ਸਟੀਰਾਇਡ ਦਿੱਤੇ ਚਲੋ ਮੰਨਿਆ ਠੀਕ ਹੈ ਹੋ ਗਿਆ ਤਾਂ ਸਟੀਰਾਇਡ ਦਿੱਤੇ ਤਾਂ ਡਾਕਟਰ ਕਹਿੰਦੇ ਨੇ ਸਟੀਰਾਇਡ ਦੇਣ ਤੋਂ ਬਾਅਦ ਆਹ ਜਿਹੜੀ ਪ੍ਰੋਬਲਮ ਇੱਦਾਂ ਦੀ ਆ ਰਹੀ ਹੈ ਆਹ ਜਿਹੜੀ ਫੰਗਸ ਦੀ ਬਲੈਕ ਫੰਗਸ ਦੀ ਦੇਖੋ ਫੰਗਸ ਜਿੱਥੇ ਗੰਦਗੀ ਸੀ ਫੰਗਸ ਉੱਥੇ ਲੱਗੂ ਅਗਰ ਤੁਹਾਡੇ ਸਰੀਰ ਦੇ ਵਿੱਚ ਆਪਾਂ ਜਦੋਂ ਵੀ ਫੇਫੜਿਆਂ ਦੇ ਵਿੱਚ ਕੋਈ ਇਨਫੈਕਸ਼ਨ ਹੋਈ ਹੈ ਜਾਂ ਕੋਈ ਬਲਗਮ ਰੇਸ਼ਾ ਹੋਇਆ ਜਾਂ ਕਫ ਹੈ ਤਾਂ ਉੱਥੇ ਜੇ ਅਗਰ ਤੇਜ਼ ਦਵਾਈਆਂ ਨਾਲ ਉਹਨੂੰ ਸਟੱਕ ਕਰਿਆ ਜਾਵੇ ਤੇਜ਼ ਦਵਾਈਆਂ ਦੇ ਦਿੱਤੀਆਂ ਚਾਹੇ ਐਂਟੀਬਾਇਓਟਿਕ ਦੇ ਦਿੱਤੇ ਜਾਂ ਕੁਛ ਵੀ ਦੇ ਦਿੱਤਾ ਸਟੀਰਾਇਡ ਦੇ ਦਿੱਤਾ ਤਾਂ ਉਹ ਤੇਜ਼ ਦਵਾਈਆਂ ਨਾਲ ਉੱਥੇ ਸਟੱਕ ਹੋ ਗਿਆ ਉਹ ਰੁਕ ਗਿਆ
ਜਾਂ ਇੱਥੇ ਸੀ ਜਾਂ ਦਿਮਾਗ ਦੇ ਨਸਾਂ ਦੇ ਵਿੱਚ ਕਹਿ ਲਓ, ਸਾਇਨਸ ਦੇ ਵਿੱਚ ਕਹਿ ਲਓ, ਜਾਂ ਇੱਥੇ ਕਿਤੇ ਵੀ ਜਿੱਥੇ ਵੀ ਸੋਚ ਹੋ ਰਹੀ ਆ, ਉਹ ਜਿੱਥੇ ਹੈਗਾ ਸੀ ਰੇਸ਼ਾ ਰੂਸ਼ਾ ਜਾਂ ਗੰਦਗੀ ਕਹਿ ਲਓ, ਉਹਨੂੰ ਚਾਹੇ ਜ਼ਹਿਰੀਲਾ ਮਾਦਾ ਕਹਿ ਲਓ, ਉਹ ਜਿੱਥੇ ਸੀ ਜਿਉਂਦਾ ਤਿਉਂ ਉੱਥੇ ਸਟੱਕ ਹੋ ਗਿਆ, ਰੁਕ ਗਿਆ ਤੇਜ਼ ਦਵਾਈਆਂ ਨਾਲ, ਤੇਜ਼ ਦਵਾਈਆਂ ਨਾਲ ਰੁਕ ਗਿਆ। ਅਗਰ ਫੇਫੜਿਆਂ 'ਚ ਸੀ ਤਾਂ ਫੇਫੜਿਆਂ 'ਚ ਹੋ ਗਿਆ, ਅਗਰ ਫੇਫੜਿਆਂ ਦੇ ਵਿੱਚ ਰੁਕ ਗਿਆ ਤਾਂ ਅਗਰ ਉੱਥੇ ਛਾਤੀ ਜਾਮ ਵੀ ਹੋ ਸਕਦੀ ਆ, ਛਾਤੀ ਜਿਹੜੀ ਜਾਮ ਹੋ ਸਕਦੀ ਆ, ਨਮੂਨੀਆ ਹੋ ਸਕਦਾ ਉਹਦੇ ਨਾਲ, ਨਮੂਨੀਆ ਹੋ ਕੇ ਛਾਤੀ ਜਾਮ ਹੋ ਗਈ, ਫੇਫੜੇ ਬਲੌਕ ਹੋ ਗਏ, ਆਕਸੀਜਨ ਆਉਣੋਂ ਬੰਦ ਹੋ ਗਈ, ਤਾਂ ਜਿਹੜੀ ਕੁਦਰਤੀ ਆਕਸੀਜਨ ਆ ਉਹ ਅੰਦਰ ਨਹੀਂ ਜਾਣੀ, ਤਾਂ ਜਿਹੜੀ ਨਕਲੀ ਆਕਸੀਜਨ ਆ ਜਦੋਂ ਫੇਫੜੇ ਬੰਦੇ ਹੋ ਗਏ ਉਹ ਵੀ ਨਹੀਂ ਜਾਣੀ ਹੈਗੀ, ਸਿਲੰਡਰ ਨਾਲ ਜਿਹੜੀ ਆਕਸੀਜਨ ਲਾਉਣੇ ਆਪਾਂ, ਉਹ ਤਾਂ ਹੀ ਜਾਊਗੀ, ਸਾਡੇ ਫੇਫੜੇ ਖੁੱਲ੍ਹੇ ਹੋਣਗੇ, ਜੇਕਰ ਪੈਪ ਸਾਡੇ ਖੁੱਲ੍ਹੇ ਹੋਣਗੇ ਤਾਂ ਹੀ ਅੰਦਰ ਹਵਾ ਭਰੂਗੀ, ਜਾ ਕੇ ਆਕਸੀਜਨ ਜਾਊਗੀ। ਅਗਰ ਗੰਦਗੀ ਨੂੰ ਰੋਕਿਆ ਗਿਆ ਸਟੱਕ ਹੋ ਗਿਆ ਉੱਥੇ, ਉਹਦਾ ਹੱਲ ਨਹੀਂ ਹੋਇਆ 100%, ਚਲੋ ਮੰਨਿਆ ਵੀ ਰੋਕ ਤਾਂ ਆਪਣਾ ਉਹਦੇ ਉੱਪਰ ਹਮਲਾ ਕਰਨਾ ਸੀ ਆਪਾਂ ਨੇ ਬਿਮਾਰੀ ਦੇ ਉੱਪਰ, ਉਹ ਕਰਤਾ, ਪਰ ਉਹਦਾ ਸਹੀ ਤਰੀਕੇ ਨਾਲ ਕਿਓਰ ਨਹੀਂ ਹੋਈ, ਉਹ ਜਿੰਨਾ ਚਿਰ ਦਵਾਈਆਂ ਦਿੱਤੀਆਂ ਉਹ ਦਬੀ ਰਹੀ, ਜਿੰਨਾ ਚਿਰ ਦਵਾਈਆਂ ਦਿੱਤੀਆਂ ਉਹ ਦਬੀ ਰਹੀ, ਜਦੋਂ ਦਵਾਈਆਂ ਬੰਦ ਕਰੀਆਂ ਮਰੀਜ਼ ਘਰ ਚਲਿਆ ਗਿਆ, ਉਸ ਤੋਂ ਬਾਅਦ ਤਕਰੀਬਨ ਉਹ ਜਿਹੜੀ ਹੈਗੀ ਸੀ ਗੰਦਗੀ ਰੁਕੀ ਹੋਈ, ਉੱਥੇ ਫੰਗਸ ਲੱਗਣੀ ਸ਼ੁਰੂ ਹੋ ਗਈ ਗੰਦਗੀ ਦੇ ਵਿੱਚ, ਉਹ ਜਿਹੜਾ ਜ਼ਹਿਰੀਲਾ ਮਾਦਾ ਸੀ ਰੁਕਿਆ, ਚਾਹੇ ਰੇਸ਼ਾ ਲਾ ਲਓ ਕੁਛ ਵੀ ਲਾ ਲਓ, ਉਹ ਜਿੱਥੇ ਵੀ ਸੀ ਇੱਥੇ ਕਿਤੇ ਵੀ ਸੀ, ਜੇ ਫੇਫੜਿਆਂ ਦੇ ਵਿੱਚ ਤੀ ਫੇਫੜਿਆਂ ਦੇ ਵਿੱਚ ਥੋੜ੍ਹਾ ਜਾਨਲੇਵਾ ਬਣ ਸਕਦਾ, ਕਿਉਂਕਿ ਫੇਫੜੇ ਬਲੌਕ ਕਰੂਗਾ, ਫੇਫੜਿਆਂ ਦੇ ਵਿੱਚ ਫਿਰ ਸੋਜ ਆਊਗੀ, ਅਗਰ ਉੱਥੇ ਫੰਗਸ ਹੋਊਗੀ ਫੇਫੜਿਆਂ ਦੇ ਵਿੱਚ ਫੰਗਸ ਹੋਊਗੀ ਤਾਂ ਲੰਗਸ ਦੇ ਵਿੱਚ ਸੋਜ ਆਊਗੀ ਸਾਡਾ ਸਾਹ ਬੰਦ ਹੋਊਗਾ, ਅਤੇ ਸੋਜ ਆਊਗੀ, ਹਾਰਟ ਅਟੈਕ ਹੋ ਸਕਦਾ, ਕੁਛ ਵੀ ਅੱਗੇ ਕੋਈ ਨਾ ਕੋਈ ਪ੍ਰੋਬਲਮ ਆ ਸਕਦੀ ਆ, ਬ੍ਰੇਨ ਦੇ ਵਿੱਚ ਕੁਛ ਵੀ ਕਿਤੇ ਵੀ ਕੋਈ ਪ੍ਰੋਬਲਮ ਆ ਸਕਦੀ ਆ। ਚਲੋ ਡਾਕਟਰ ਦੱਸ ਰਹੇ ਨੇ ਉਹਦਾ ਇਲਾਜ ਕਰ ਰਹੇ ਨੇ, ਘਬਰਾਓ ਨਾ, ਡਾਕਟਰਾਂ ਨੂੰ ਪਤਾ ਸਾਰਾ, ਉਹਦਾ ਇਲਾਜ ਕਰਨਗੇ, ਅਤੇ ਇਹ ਨਹੀਂ ਗੱਲ ਕਹਿ ਰਿਹਾ ਮੈਂ ਕੋਈ ਡਰਾ ਨਹੀਂ ਰਿਹਾ, ਉਹਦੇ ਪਿੱਛੇ ਕਾਰਨ ਕੀ ਆ, ਜਿਹੜਾ ਜਿੱਥੋਂ ਤੱਕ ਮੈਂ ਸਮਝ ਰਿਹਾ ਵੀ ਉਹ ਜਿਹੜੀ ਗੰਦਗੀ ਸੀ ਉਹ ਚੰਗੀ ਤਰ੍ਹਾਂ ਸਫਾਇਆ ਨਹੀਂ ਹੋਇਆ, ਉਹਦਾ ਉੱਥੋਂ ਉਹ ਸਾਫ਼ ਨਹੀਂ ਹੋਈ, ਕਿਓਰ ਨਹੀਂ ਹੋਈ, ਉਹਨੂੰ ਦਵਾਇਆ ਗਿਆ, ਉਹ ਜਦੋਂ ਉੱਥੋਂ ਦਵਾਏ ਹੋਏ ਨੂੰ ਕੁਛ ਥੋੜ੍ਹਾ ਜਿਹਾ ਆਪਾਂ ਨੇ ਦਵਾਈਆਂ ਘਟਾਈਆਂ, ਉਦੋਂ ਬਾਅਦ ਉੱਥੇ ਉਹ ਗੰਦਗੀ ਫੈਲਣੀ ਸ਼ੁਰੂ ਹੋ ਗਈ, ਉੱਥੇ ਫੰਗਸ ਪੈਦਾ ਹੋ ਗਈ, ਜਿਹੜੀ ਰੁਕੀ ਹੋਈ ਗੰਦਗੀ ਸੀ, ਜਿਵੇਂ ਕਿਸੇ ਕਿੱਚੜ ਦੇ ਉੱਪਰ ਆਪਾਂ ਮਿੱਟੀ ਪਾ ਦਈਏ, ਜਾਂ ਤੁਹਾਡੀ ਘਰੇ ਕਿਤੇ ਵੀ ਕਿਤੇ ਸਲਾਬ ਆ ਜਾਏ, ਉਹ ਜਾਂ ਤੁਹਾਡੀ ਅਲਮਾਰੀ ਦੇ ਵਿੱਚ ਸਲਾਬ ਆ ਜਾਏ, ਉਹਦੇ ਉੱਪਰ ਫੰਗਸ ਲਾ ਜਾਂਦੀ, ਉੱਲੀ ਲੱਗ ਜਾਂਦੀ ਆ, ਉਹ ਜਿਹੜੀ ਤੁਹਾਡੇ ਅੰਦਰ ਰੁਕੀ ਹੋਈ ਗੰਦਗੀ ਸੀ ਉਹ ਚੰਗੀ ਤਰ੍ਹਾਂ ਉੱਥੋਂ ਸਫਾਇਆ ਨਹੀਂ ਹੋਇਆ, ਉਹਦਾ ਕਿਓਰ ਨਹੀਂ ਹੋਈ, ਉਹ ਦਵਾਈਆਂ ਬੰਦ ਹੋਈਆਂ, ਉਦੋਂ ਬਾਅਦ ਤੁਸੀਂ ਘਰੇ ਗਏ ਜਾਂ ਕੁਛ ਵੀ ਹੋਇਆ, ਅਤੇ ਉਹੋ ਜਿਹੀਆਂ ਦਵਾਈਆਂ ਤੁਹਾਡੀਆਂ ਜਿਹੜੀਆਂ ਸੀ ਤੇਜ਼ ਉਹ ਨਹੀਂ ਦਿੱਤੀਆਂ ਬਾਅਦ ਦੇ ਵਿੱਚ, ਉਹ ਦਵਾਈਆਂ ਛੱਡਣ ਤੋਂ ਬਾਅਦ ਤੁਸੀਂ ਜਿਹੜੀ ਹੈਗੀ ਆ ਉਹ ਜਿਹੜੀ ਉੱਥੇ ਉਤਪੰਨ ਹੋ ਗਈ, ਉੱਲੀ ਉਤਪੰਨ ਹੋ ਗਈ, ਜਿਹੜੀ ਅੰਦਰ ਗੰਦਗੀ ਰੁਕੀ ਹੋਈ ਸੀ ਦਵਾਈਆਂ ਨੇ, ਮਿੱਟੀ ਪਾਈ ਹੋਈ ਸੀ ਦਵਾਈਆਂ ਦੇ ਨਾਮ ਦੀ, ਉਹ ਉਦੋਂ ਬਾਅਦ ਉੱਥੇ ਉੱਲੀ ਉਤਪੰਨ ਹੋ ਗਈ, ਫੰਗਸ ਲੱਗਣੀ ਸ਼ੁਰੂ ਹੋ ਗਈ, ਉਹ ਫੰਗਸ ਲੱਗਣ ਕਰਕੇ ਜਿੱਥੇ ਗੰਦਗੀ ਆ, ਸਪੋਜ਼ ਕਰੋ ਜਿੱਥੇ ਗੰਦਗੀ ਆ ਉੱਥੇ ਗੈਸ ਬਣਦੀ ਆ ਨਾ, ਗੈਸ ਗੰਦਗੀ ਜਿੱਥੇ ਹੁੰਦੀ ਆ, ਤੁਸੀਂ ਗੰਦਗੀ ਦੇ ਢੇਰ 'ਤੇ ਜਾਓ ਜਾਂ ਤੁਸੀਂ ਘਰੇ ਕੂੜਾ ਇਕੱਠਾ ਕਰਕੇ ਰੱਖ ਦਿਓ ਥੋੜ੍ਹੇ ਦਿਨ, ਉੱਥੇ ਗੰਦਗੀ ਪੈਦਾ ਹੋਊਗੀ, ਗੈਸ ਪੈਦਾ ਹੋਊਗੀ, ਉਹਦੇ ਵਿੱਚੋਂ ਸਮੈਲ ਆਊਗੀ, ਗੰਦਗੀ ਦੀ ਬਦਬੋ ਆਊਗੀ, ਉਹ ਜਿਹੜੀ ਗੰਦਗੀ ਆ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਵੇਂ ਇੱਥੇ ਕਿਤੇ ਰੁਕਿਆ, ਇੱਥੇ ਰੇਸ਼ਾ ਸੀ ਕਿਤੇ ਵੀ ਸੀ ਉਹ ਗੰਦਗੀ ਰੁਕੀ ਹੋਈ, ਉਦੋਂ ਬਾਅਦ ਉਹਦੇ ਵਿੱਚ ਫੰਗਸ ਪੈਦਾ ਹੋਈ, ਫੰਗਸ ਤਾਂ ਪੈਦਾ ਹੋਈ ਉਹ ਗੰਦਗੀ ਸੀ ਰੁਕੀ ਹੋਈ ਸੀ, ਉਹਦਾ ਸਹੀ ਤਰੀਕੇ ਨਾਲ ਉੱਥੇ ਉਹਨੂੰ ਸਫਾਇਆ ਨਹੀਂ ਹੋਇਆ ਹੈਗਾ, ਉਹ ਰੁਕੀ ਹੋਈ ਸੀ, ਉੱਥੇ ਜਿਹੜੀ ਫਿਰ ਅੰਦਰ ਜਿਹੜੀ ਉਹਦੀ ਹਵਾੜ ਪੈਦਾ ਹੋ ਗਈ, ਉਹਦੇ ਅੰਦਰ ਜਿਹੜੀ ਗੈਸ ਬਣਨੀ ਸ਼ੁਰੂ ਹੋ ਗਈ, ਮਤਲਬ ਇਨਫੈਕਸ਼ਨ ਫੈਲਣੀ ਸ਼ੁਰੂ ਹੋ ਗਈ ਉਹਦੇ ਵਿੱਚ, ਉੱਥੇ ਫਿਰ ਸੋਜ ਆਊਗੀ ਅੰਦਰ ਉਹਦੇ, ਮਤਲਬ ਹਵਾ ਭਰ ਗਈ ਲਾ ਲਓ, ਉੱਥੋਂ ਗੰਦਗੀ ਫੈਲੀ ਹੈ ਨਾ, ਗੰਦਗੀ ਉਹ ਜਿਵੇਂ ਤੁਹਾਡੇ ਕਿਤੇ ਫੋੜਾ ਫਿਣਸੀ ਹੁੰਦੀ ਆ, ਉਹਦੇ ਅੰਦਰ ਮਵਾਦ ਹੁੰਦੀ ਆ, ਫੋੜਾ ਹੋ ਜਾਂਦਾ, ਉਹ ਫੋੜਾ ਹੁੰਦਾ, ਫੋੜਾ ਕੁਛ ਟਾਈਮ ਆਪਾਂ ਨੇ ਗੋਲੀਆਂ ਖਾਧੀਆਂ, ਫੋੜਾ ਕੇ ਵੀ ਦਬ ਜਾਂਦਾ ਨਾ, ਉਹ ਗੰਦਗੀ ਮਵਾਦ ਹੁੰਦੀ ਆ, ਦਬ ਜਾਂਦੀ ਆ, ਜਦੋਂ ਆਪਾਂ ਦਵਾਈ ਛੱਡਦੇ ਹਾਂ ਕਰ ਵੀ ਤਾਂ ਫੇਰ ਫੁੱਲ ਜਾਂਦਾ, ਉਹ ਉੱਥੇ ਹਵਾ ਭਰ ਜਾਂਦੀ ਆ, ਜਿਵੇਂ ਉਹਦੇ ਵਿੱਚ ਗੰਦਗੀ ਫੈਲ ਜਾਂਦੀ ਆ, ਉਹੀ ਗੰਦਗੀ ਉਹ ਜਿਹੜੀ ਗੰਦਗੀ ਆ ਉਹ ਸਫਾਇਆ ਨਹੀਂ ਹੋਇਆ ਗੰਦਗੀ ਦਾ, ਜਿਹਦੇ ਕਰਕੇ ਉਹ ਫੰਗਸ ਲੱਗਣੀ ਸ਼ੁਰੂ ਹੋ ਗਈ। ਸਿੱਧੀ ਜਿਹੀ ਭਾਸ਼ਾ ਦੇ ਵਿੱਚ ਇਹੀ ਕਹਿ ਸਕਦੇ ਹਾਂ ਵੀ ਉਹ ਗੰਦਗੀ ਦਾ ਸਫਾਇਆ ਨਹੀਂ ਹੋਇਆ, ਉੱਥੇ ਫੰਗਸ ਲੱਗਣੀ ਸ਼ੁਰੂ ਹੋ ਗਈ। ਅਗਰ ਉਹ ਜਿਹੜੀ ਹੈਗੀ ਆ, ਮੇਰੇ ਹਿਸਾਬ ਨਾਲ ਤਾਂ ਵੀ ਅਗਰ ਫੇਫੜਿਆਂ ਦੇ ਵਿੱਚ ਤੁਹਾਡੇ ਚੈਸਟ 'ਚ ਬਲਗਮ ਰੇਸ਼ਾ ਹੁੰਦਾ ਤਾਂ ਉਹਨੂੰ ਸਾਫ਼ ਹੋਣਾ ਚਾਹੀਦਾ, ਉਹ ਅੰਦਰੋਂ ਨਿਕਲਣਾ ਚਾਹੀਦਾ। ਅਗਰ ਉਹ ਨਿਕਲੂਗਾ ਨਹੀਂ, ਤੇਜ਼ ਦਵਾਈਆਂ ਦੇਵਾਂਗੇ ਤਾਂ ਉੱਥੇ ਨਮੂਨੀਆ ਵੀ ਹੋ ਸਕਦਾ, ਛਾਤੀ ਜਾਮ ਹੋ ਸਕਦੀ ਆ, ਨਮੂਨੀਆ ਹੋ ਸਕਦਾ, ਫੇਫੜੇ ਬੰਦ ਹੋ ਸਕਦੇ ਨੇ, ਫੇਫੜੇ ਡੈਮੇਜ ਹੋ ਸਕਦੇ ਨੇ, ਬਲੌਕ ਹੋ ਸਕਦੇ ਨੇ। ਅਗਰ ਫੇਫੜਿਆਂ ਨੂੰ ਸਾਫ਼ ਕਰਿਆ ਜਾਵੇ, ਜਿਹੜੀ ਉਹ ਬਲਗਮ ਆ ਕਿਸੇ ਨਾ ਕਿਸੇ ਤਰੀਕੇ ਨਾਲ ਕੱਢੀ ਜਾਵੇ, ਸਾਫ਼ ਹੋ ਜਾਵੇ, ਤਾਂ ਮੇਰੇ ਹਿਸਾਬ ਨਾਲ ਇੱਦਾਂ ਦੀਆਂ ਪ੍ਰੋਬਲਮਾਂ ਨਹੀਂ ਹੋਣਗੀਆਂ। ਅਗਰ ਦੇਖੋ ਕਈ ਮਰੀਜ਼ ਆਉਂਦੇ ਨੇ, ਕਈ ਮਰੀਜ਼ ਦੇਖਦੇ ਹਾਂ, ਮੇਰੇ ਪਿਤਾ ਜੀ ਕੋਲ ਬਹੁਤ ਆਉਂਦੇ ਸੀ, ਵੀ ਕਈਆਂ ਦੇ ਆਪਣਾ ਨੱਕ ਦੀ ਹੱਡੀ ਵੱਧ ਗਈ, ਕਈਆਂ ਦੇ ਕੰਨਾਂ 'ਚੋਂ ਆਵਾਜ਼ਾਂ ਆਈ ਜਾਂਦੀਆਂ ਨੇ ਸੈਂ ਦੀਆਂ ਜਾਂ ਹੋਰ ਹੋ ਜਾਂਦਾ, ਉਹ ਕਹਿੰਦੇ ਨੇ ਵੀ ਰੇਸ਼ੇ ਦੀ ਪ੍ਰੋਬਲਮ ਆ। ਤੁਹਾਨੂੰ ਪਤਾ ਸਾਰਿਆਂ ਨੂੰ ਪੰਜਾਬੀ ਦੇ ਵਿੱਚ ਵੀ ਰੇਸ਼ੇ ਦੀ ਪ੍ਰੋਬਲਮ ਹੁੰਦੀ ਆ, ਸਿਰ ਭਾਰੀ ਰਹਿਣ ਲੱਗ ਜਾਂਦਾ ਕਈ ਵਾਰੀ,
अगर वो तेज दवाई ना उत्थे स्टक कराया जाए रोकया जाए उस स्टक कराया किसी चीज़ को दबाना खतरनाक हो जाता। किसी भी चीज़ को अगर दबाने आप किसी भी पक्ष च ला लो अगर किसी चीज़ को दबावे तो उत्थे ब्लास्ट होने का डर रहा उत्थे बाद बीमारी फैलन का डर रहा अगर किसी चीज़ को दबाने मेरे हिसाब से दबाने की बजाय वह सही तरीके इलाज होना चाहिए वह सफाया होना चाहिए दबाया ना जाए किसी चीज़ को दवाई हुई चीज़ कई बार बाद घातक साबित होंगी है कोई भी चीज़ ला लो दवाई हुई दबी हुई मतलब अगर किसी बीमारी दबाने आप इलाज नहीं करते सही तरीके तो बाद परिणाम जो सू भुगतना पैदा बाद जो नतीजे ने सही नहीं निकलते माड़े निकलते हैं अगर किसी बीमारी दबिया जाए तो वह इलाज ना कराया जाए अगर वह इलाज सही तरीके क्योर कराया जाए फिर वह कोई मतलब नहीं बाद जल्दी कोई प्रॉब्लम नहीं आती इस करके इधी जी गल अगर फेफड़िया मैं कहना भी साफ कराया जाए अगर थोड़े अंदर चैसट च बलगम खांसी खूंसी होंगी बलगम होंगी तो उन्होंने निकलने की कोशिश कराया करो कढ़ने की कोशिश करा साफ करने की कोशिश कराया करो भी कि असी काढ़े पी के कि दवाइया लैके चाहे डॉक्टर की सलाह लैके भी उन्होंने साफ कर सकते अंदरों कढ़ सकते गंदगी कई बच्चों देखा बच्चों सह की बीमारी हो जाती है बच्चों अस्थमा हो जाता अस्थमा आम छोटे छोटे बच्चों देखा दस दस बारह बारह साल के बच्चों ज्यादा थोड़ी जी बड़े होया हो जाता वो तो हों जो बचपन के उन्होंने छेती कोई खांसी होंगी सी जुकाम हों रेशा हों तेज़ दवाई दी जाती सी तो चाके तेज़ दवाई देती चक्की तेज़ दवाई देती बच्चों उन्होंने मतलब गंदगी निकलना दिता अंदरों तो बच्चे जो बड़े हुए तो उन्होंने फेफड़े जी बलगम रेशा से अंदर ही स्टक हो गई अंदर ही जमा हो गया तो सह की प्रॉब्लम खड़ी हो गई अस्थमा हो गया बच्चों अस्थमा ज़्यादातर दवाइयों बनता ना कि नैचुरल तरीके कुदरती तरीके जी सह की बीमारियाँ बहुत घट लोगों होगी ज़्यादातर दवाइया जड़िया ने दवाइया किसी भी तरह दवाइया ला लो मैं कोई माड़िया नहीं कह रहा दवाइया कोई अंग्रेजी देसी कोई भी दवाइया मैं माड़िया नहीं कह रहा अगर वह जी बीमारी हो रही है वह इलाज ना कराया जाए अंदर ही दबिया जाए उन्होंने अंदर ही रोक दिता जाए तेज़ दवाइया नाल बाद हिसाब न दवाइया जोड़िया साइड इफेक्ट ने जोड़े यही बाद देखने मिलते हैं भी कद सह की बीमारी बनती किसी अस्थमा बन गया किसी कोई सिर भार रहन लग गया किसी कोई कहना भी सिर भारी रहा जी कना चो सैं सैं की आवाज़ आती है वो गंदगी ने अंदरों क्योर नहीं कर साफ नहीं कर गल इत मुकती है भी अगर वह जी अजक इनफेक्शन हो रही है वह जी ब्लैक फंगस हो रही है उत्थी हो रही है जिते गंदगी अपने दबी सी जिथे उन्होंने रोकता से गंदगी वो जी जहरीला मादा से जिथे रोकता से उत्थे जी बाद फंगस लगनी शुरू हो गई जिथे गंदगी रुकी सी जिन्ना चर उन्होंने दवाई रखिया दवाइया ने दवाई रखिया जो तो दवाइया छड़िया तो थोड़ी जी उत्थे अपने ढिल दी तो उदू बाद जी गंदगी उत्थे फैलनी शुरू हो गई वो उल्ली लग गई वो फंगस लग गई वो दबे हुए दे रुके हुए गंद के जिथे गंद कट्ठा होगा कुछ दिन पया रहेगा गंद हो तो उत्थे जी उल्ली लगेगी गंदगी होगी फैलूगी तो वो करके जो अगर होर प्रॉब्लम जो सू देखने मिल सकती ने बाकी जिमें हम आयुर्वेद देखते हो जिमें इम्यूनिटी थोड़ी घट हो थोड़ी इम्यून पावर बधाने वास्ते बहुत चीज़ा ने तुम काढ़े पीने थोड़ी इम्यूनिटी बधी रहे तुम रोगों लड़ोंगे थोड़े शरीर जो रोगों लड़ जूगा अगर थोड़ी इम्यूनिटी तेज़ है थोड़े शरीर के रोग प्रतिरोधक शक्ति है हूँ दवाइया तेज़ ने कई बार साड़ी रोग प्रतिरोधक शक्ति भी घटा ने रोग प्रतिरोधक शक्ति बधाने वास्ते गलोए बहुत वधिया गलोए लाई जाती है गलोए कई रूपों के गलोए रस लिया जाता गलोए का कड़ा अलग करके लिया जाता जां गलोए सत लिया जाता जिवें गलोए सत हों जो वाइट कलर का पाउडर हों गलोए का गलोए सत उन्हों इनफेक्शन ठीक करने वास्ते आप इम्यूनिटी बधाने वास्ते शहद ना चट सकते हैं दिन जो दो बारी तीन बारी चट सकते हैं जिम्मे दो ढाई तीन 200 mg तक वो खुराक होंगी है जिम्मे चमचे का चौथा हिस्सा ज्यादा तो चमचा ला लो बड़ों सवेरे शाम शहद ना चट सकते हैं आप ग्लोए सत पाउडर होंगे जो ग्लोए सत वो इम्यूनिटी भी बढ़ा थोड़ी इनफेक्शन भी ठीक करता बाकी ये फंगस के आयुर्वेद के डॉक्टर ने फिर गंधक रसायण भी देंगे ने क्योंकि गंधक रसायण जिद सल्फर तो तैयार होंगी है गंधक रसायण दी जाती है रोगी वर्धनी पट्टी होर कई तरह दवाइया ने वह तो चलो तुम अगर आयुर्वेदिक ट्रीटमेंट करवा अपने डॉक्टर में मिलकर आयुर्वेद के माहिर किसी भी तरह चलो किसी भी डॉक्टर मिल के अपना इलाज करवाओ मैं तो यही कहूँगा भी थोड़े इलाके अगर तुम आयुर्वेद का कोई सलाह मशुरा लेना हों किसी डॉक्टर थोड़े इलाके सरकारी डिस्पेंसरिया ने उत्थे लै सकते होंगे थोड़े सारे इलाकों के डिस्पेंसरिया सरकारी होंगे आयुर्वेद दी अगर तुम आयुर्वेद लेना चाहते हो बाकी सारे कितने डॉक्टर बैठे ने थोड़े इलाज करने वास्ते बैठे ने सारे अपने डॉक्टर की सलाह लिया करो अगर कोई प्रॉब्लम होंगी अगर थोड़ू आह लगती है कोई सोज सूज लगती है कितने भी शरीर के कितने भी चलो करोना नहीं चलो करोना तो बिना भी कितने थोड़ा कोई गड़बड़ लगती होंगी है तो चैकअप करवाना चाहिए डॉक्टर की सलाह लेनी चाहिए चलो अजकल के दिनों में फोन पर सलाह लो थोड़े फैमिली डॉक्टर होंगे ने परिवार के डॉक्टर जोड़े
ਉਹਨਾਂ ਨਾਲ ਸਲਾਹ ਕਰ ਸਕਦੇ ਹੋ, ਫੋਨ ਕਰਕੇ ਕਰ ਸਕਦੇ ਹੋ, ਕਿਵੇਂ ਵੀ ਕਰ ਸਕਦੇ ਹੋ। ਵੀ ਬਾਕੀ ਜਿਹੜੀਆਂ ਹੁੰਦੀਆਂ ਨੇ ਜਾਂ ਸਟੀਰਾਇਡ ਜਾਂ ਹੋ ਗਈਆਂ ਜਾਂ ਤੇਜ਼ ਦਵਾਈਆਂ, ਉਹ ਡਾਕਟਰ ਦੀ ਸਲਾਹ ਤੋਂ ਬਿਨਾਂ ਨਾ ਲਿਆ ਕਰੋ। ਬਿਨਾਂ ਡਾਕਟਰ ਦੀ ਸਲਾਹ ਤੋਂ ਦਵਾਈਆਂ ਖਾਧੀਆਂ ਹੋਈਆਂ ਜਾਂ ਬੇਸਮਝੀ ਨਾਲ ਦਵਾਈਆਂ ਖਾਧੀਆਂ ਹੋਈਆਂ ਜ਼ਹਿਰ ਖਾਣ ਦੇ ਬਰਾਬਰ ਹੁੰਦੀਆਂ ਨੇ। ਜ਼ਹਿਰ ਖਾਣ ਦੇ ਬੇਸਮਝੀ ਨਾਲ ਖਾਧੀਆਂ ਜਾਂ ਬਿਨਾਂ ਡਾਕਟਰੀ ਦਵਾਈ ਸਲਾਹ ਤੋਂ ਖਾਧੀਆਂ ਦਵਾਈਆਂ। ਇਸ ਕਰਕੇ ਡਾਕਟਰੀ ਸਲਾਹ ਨਾਲ ਜਾਂ ਆਪਣੀ ਸਮਝ ਨਾਲ ਚੰਗੀ ਤਰ੍ਹਾਂ ਜਿਹਨੂੰ ਪਤਾ ਹੋਵੇ ਚੰਗੀ ਤਰ੍ਹਾਂ ਉਹਦੇ ਫਾਇਦਿਆਂ ਦਾ ਨੁਕਸਾਨਾਂ ਦਾ ਤਾਂ ਲੈਣੀ ਚਾਹੀਦੀ ਆ ਜਾਂ ਡਾਕਟਰ ਦੀ ਸਲਾਹ ਨਾਲ ਲੈਣੀ ਚਾਹੀਦੀ ਆ। ਬਾਕੀ ਸੂਝਵਾਨ ਡਾਕਟਰ ਨੇ ਸਾਰੇ ਤੁਹਾਡਾ ਇਲਾਜ ਕਰ ਰਹੇ ਨੇ ਅਤੇ ਆਪਣਾ ਪੁੱਛਿਆ ਕਰੋ ਡਾਕਟਰ ਨੂੰ, ਕੋਈ ਪ੍ਰੋਬਲਮ ਹੁੰਦੀ ਆ ਤੁਹਾਨੂੰ ਦੱਸਿਆ ਕਰੋ, ਅਣਗੌਲਾ ਨਾ ਕਰੋ ਕਿਸੇ ਚੀਜ਼ ਨੂੰ। ਅਗਰ ਬੁਖਾਰ ਹੁੰਦਾ ਤਾਂ ਡਾਕਟਰ ਦੀ ਸਲਾਹ ਲਓ। ਅਤੇ ਅੱਜ ਕੱਲ੍ਹ ਕਰੋਨਾ ਦਾ ਜਿਹੜੀ ਮਾਰ ਬਹੁਤ ਵੱਧ ਰਹੀ ਹੈ, ਕਰੋਨਾ ਦੀ ਬਿਮਾਰੀ ਤੁਹਾਨੂੰ ਪਤਾ ਹੀ ਹੈ। ਬਾਕੀ ਤੁਸੀਂ ਆਪਣਾ ਖਿਆਲ ਰੱਖੋ, ਪਰਿਵਾਰ ਦਾ ਖਿਆਲ ਰੱਖੋ, ਬੱਚਿਆਂ ਦਾ ਖਿਆਲ ਰੱਖੋ। ਇਹੀ ਕਹੂੰਗਾ, ਮੈਂ ਹੀ ਅਰਦਾਸ ਆ ਪਰਮਾਤਮਾ ਅੱਗੇ ਵੀ ਜਲਦੀ ਇਹ ਬਿਮਾਰੀ ਜਿਹੜੀ ਜਾਵੇ, ਜਲਦੀ ਇੱਥੇ ਸੁੱਖ ਸ਼ਾਂਤੀ ਹੋਵੇ ਸਾਰੇ ਆਪਣੇ ਦੇਸ਼ ਦੇ ਵਿੱਚ, ਸਾਰੀ ਦੁਨੀਆ ਦੇ ਵਿੱਚ ਹੀ ਜਿਹੜੀ ਇਹ ਮਹਾਂਮਾਰੀ ਜਾਵੇ। ਬਾਕੀ ਆਯੁਰਵੇਦ ਦੇ ਵਿੱਚ ਰਹਿ ਗਈ ਗੱਲ ਵੀ ਹੁਣ ਇੱਕ ਨਸ਼ੇ ਕਰਮ ਵੀ ਕਰਿਆ ਜਾਂਦਾ। ਨਸ਼ੇ ਕਰਮ ਹੁੰਦਾ, ਨਸ਼ੇ ਕਰਮ ਦੇ ਵਿੱਚ ਤੇਲ ਪਾਉਣ ਨੂੰ ਦਿੱਤੇ ਜਾਂਦੇ ਨੱਕ ਦੇ ਵਿੱਚ, ਅਤੇ ਜਿਵੇਂ ਕਈਆਂ ਨੂੰ ਛੜ ਬਿੰਦੂ ਤੇਲ ਦਿੱਤਾ ਜਾਂਦਾ, ਅਨੂ ਤੇਲ ਦਿੱਤਾ ਜਾਂਦਾ, ਜਾਂ ਕੋਈ ਗੋਕਾ ਘੀ ਦਿੱਤਾ ਜਾਂਦਾ ਨੱਕ 'ਚ ਪਾਉਣ ਨੂੰ। ਉਹ ਅਲੱਗ ਅਲੱਗ ਤਰ੍ਹਾਂ ਦੇ ਤੇਲ ਨੇ ਜਿਹੜੇ ਆਹ ਉੱਪਰਲੇ ਆਪਣੇ ਹਿੱਸੇ ਨੂੰ ਠੀਕ ਕਰਨ ਵਾਸਤੇ ਦਿੱਤੇ ਜਾਂਦੇ ਨੇ, ਜਿਹੜੀਆਂ ਸਿਰ ਦੀਆਂ ਪ੍ਰੋਬਲਮਾਂ ਜਾਂ ਨੱਕ ਦੀਆਂ ਪ੍ਰੋਬਲਮਾਂ, ਕੰਨ ਦੀਆਂ, ਕੋਈ ਵੀ ਨੱਕ 'ਚ ਤੇਲ ਪਾਉਣ ਵਾਸਤੇ ਕਈ ਤਰ੍ਹਾਂ ਦੇ ਹੁੰਦੇ ਨੇ, ਉਹ ਤੁਸੀਂ ਡਾਕਟਰੀ ਸਲਾਹ ਨਾਲ ਜਿੱਦਾਂ ਕੋਈ ਕਰ ਸਕਦੇ ਹੁੰਦੇ ਹੋ। ਬਾਕੀ ਇਹੀ ਬੇਨਤੀ ਆ ਵੀ ਡਾਕਟਰੀ ਸਲਾਹ ਨਾਲ ਚੱਲੋ, ਅਤੇ ਬਾਕੀ ਆਪਣਾ ਖਿਆਲ ਰੱਖੋ, ਆਪਣੇ ਘਰ ਰਹੋ, ਮਾਸਕ ਲਾ ਕੇ ਜਾਓ ਜਿੱਥੇ ਜਾਣਾ। ਬਿਮਾਰੀ ਬਹੁਤ ਵੱਧ ਰਹੀ ਹੈ ਅਤੇ ਆਪਣੀ ਬਿਮਾਰੀ ਇਸ ਤਰ੍ਹਾਂ ਦਾ ਜਿਹੜਾ ਆਪਣਾ ਸਿਸਟਮ ਰੱਖੋ ਵੀ ਬਿਮਾਰੀ ਆਪਾਂ ਹੋ ਹੀ ਨਹੀਂ ਦੇਣੀ, ਵੀ ਬਿਮਾਰੀ ਤੁਹਾਨੂੰ ਹੋ ਵੀ ਨਾ, ਇਹੋ ਜਿਹੇ ਆਪਣਾ ਖਿਆਲ ਰੱਖੋ। ਆਪਣੇ ਜਿਹੜੇ ਹੈਗੇ ਨੇ ਇਮਿਊਨਿਟੀ ਵਾਸਤੇ ਕੁਛ ਨਾ ਕੁਛ ਪੀਂਦੇ ਰਹੋ, ਤੁਹਾਨੂੰ ਪਤਾ ਹੀ ਆ, ਕਾੜੇ ਪੀਂਦੇ ਰਹੋ, ਇਮਿਊਨਿਟੀ ਕੁਛ ਨਾ ਕੁਛ ਲੈਂਦੇ ਰਹੋ, ਤੁਹਾਡੀ ਇਮਿਊਨਿਟੀ ਜਿਹੜੀ ਸਟਰੋਂਗ ਰਹੇ। ਬਾਕੀ ਇੰਨੀ ਕੁ ਬੇਨਤੀ ਸੀ, ਸੋ ਦਿਓ ਅੱਗੇ ਅੱਜ ਦੀ ਵੀਡੀਓ ਹੋਰ ਲੈ ਕੇ ਤੁਹਾਡੀ ਸੇਵਾ ਚਾਹੂੰਗਾ। ਅਤੇ ਆਪਣੀ ਇਮਿਊਨਿਟੀ ਵਧਾਓ, ਰੋਗ ਪ੍ਰਤੀਰੋਧਕ ਸ਼ਕਤੀ ਵਧਾਓ, ਰੋਗਾਂ ਨਾਲ ਲੜਨ ਦੀ ਜਿਹੜੀ ਸਮਰੱਥਾ ਵਧੇ ਤੁਹਾਡੇ ਸਰੀਰ ਦੇ ਵਿੱਚ। ਬਾਕੀ ਇਹੀ ਅੱਜ ਦੀ ਵੀਡੀਓ ਆ, ਬਾਕੀ ਸ਼ੇਅਰ ਕਰ ਦਿਓ ਚੰਗੀ ਲੱਗੀ ਹੋਵੇ। ਸੋ ਆਪਣਾ ਖਿਆਲ ਰੱਖੋ, ਬਾਕੀ ਬਿਮਾਰੀ ਹੋਣ ਨਹੀਂ ਦੇਣੀ, ਬਿਮਾਰੀ ਤੋਂ ਬਚਣਾ, ਇਹ ਬਿਮਾਰੀ ਹੋ ਵੀ ਨਾ ਆਪਾਂ ਨੂੰ ਇਹੋ ਜਿਹਾ ਜਿਹੜਾ ਇੰਤਜ਼ਾਮ ਕਰੋ ਜਿਵੇਂ ਤੁਸੀਂ ਕਾੜੇ ਵਗੈਰਾ ਪੀਂਦੇ ਹੋ ਜਾਂ ਹੋਰ ਕਰਦੇ ਹੋ। ਅਗਰ ਤੁਹਾਨੂੰ ਕੋਈ ਵੀ ਪ੍ਰੋਬਲਮ ਲੱਗਦੀ ਆ, ਕੋਈ ਬੁਖਾਰ ਹੋ ਜਾਂਦਾ, ਖਾਂਸੀ ਜ਼ੁਕਾਮ ਹੋ ਜਾਂਦਾ, ਤਾਂ ਡਾਕਟਰੀ ਸਲਾਹ ਲਓ। ਬਾਕੀ ਦਿਓ ਆ ਗਿਆ, ਖੁਸ਼ ਰਹੋ, ਤੰਦਰੁਸਤ ਰਹੋ।